ਚਲੋ ਜਿਵੇਂ ਉਹ ਅਫਸਾਨਾ ਪੇਸ਼ ਹੈ ਮੈਨੂੰ ਲੱਗਦਾ ਜਿਹਦਾ ਇੱਥੋਂ ਦੇ ਡਿਪਾਰਟਮੈਂਟ ਨੂੰ ਵੀ ਯੂਨੀਵਰਸਿਟੀ ਨੂੰ ਵੀ ਸਾਰਿਆਂ ਨੂੰ ਮੈਨੂੰ ਲੱਗਦਾ ਮੁਕੰਮਲ ਪੰਜਾਬ ਨੂੰ ਫਖਰ ਹੋਣਾ ਬਾਹਰਲਿਆਂ ਪੰਜਾਬਾਂ ਨੂੰ ਵੀ ਜਿਹਨੂੰ ਖੁਦ ਬਣਾ ਕੇ ਬਖਸ਼ੀ ਕਵਿਤਾ ਕਰਦੇ ਬਖਸ਼ੀ ਕਵਿਤਾ ਤਕਰੀਬਨ ਗਲਤ ਲਿਖਦੇ ਨੇ ਕਾਫੀ ਕਈ ਵਾਰੀ ਤੁਸੀਂ ਜਾਓ ਬੋਰਡ ਮੈਨੂੰ ਵੈਸੇ ਕਹਿਣੀ ਕਰਨੀ ਚਾਹੀਦੀ ਰੰਗੋਲ ਸਾਹਿਬ ਅੱਜ ਮੈਂ ਤੁਹਾਡੇ ਬਾਹਰ ਦੇਖਿਆ ਸਨਮਾਨਿਤ ਸ਼ਖਸੀਅਤਾਂ ਲਿਖਿਆ ਹੋਇਆ ਸਤਿ ਸ਼੍ਰੀ ਅਕਾਲ ਦਿੰਦੀ ਹੈ ਅਤੇ ਅਗਲੇ ਸਤਿ ਸ਼੍ਰੀ ਅਕਾਲ ਫਿਰ ਦਿੰਦੀ ਹੈ ਅਤੇ ਐੜੇ ਉੱਪਰ ਹੈ ਨਹੀਂ ਕਹਿਣਾ ਚਾਹੀਦਾ ਸਤਿ ਸ਼੍ਰੀ ਅਕਾਲ ਦਿੰਦੀ ਖੱਖੇ ਕਰ ਦਿੰਦੀ ਸੱਸੇ ਨੂੰ ਜਿਆਰੀ ਐੜਾ ਤੱਤੇ ਨੂੰ ਕੰਨਾ ਉੱਪਰ ਬਿੰਦੀ ਸ਼ਖਸੀਅਤਾਂ ਪਰ ਚਲੋ ਕੋਈ ਗੁੱਸਾ ਕੀ ਮਾਫੀ ਪਰ ਇਹਨਾਂ ਚੀਜ਼ਾਂ ਨਾਲ ਹੀ ਹੌਲੀ ਹੌਲੀ ਡਿਵੈਲਪਮੈਂਟ ਹੋਊਗੀ ਅਫਲਾਂ ਨੂੰ ਕੌਣ ਦੱਸੇ ਕਿ ਤੁਹਾਡੀ ਜੇਬ ਚ ਲੱਗੇ ਨੇ ਫੁੱਲਾਂ ਨੂੰ ਕੌਣ ਦੱਸੇ ਕਿ ਤੁਹਾਨੂੰ ਦਾਨ ਚ ਮਿਲੇ ਨੇ ਉਹ ਜਿਹੜੇ ਟਿੱਬਿਆਂ ਚ ਟੈਕੇ ਉਸ ਖੋਲ ਦੇ ਉਤਰੇ ਨਾ ਜੋ ਖੁਮਾਰੀ ਗੁਰਮੁਖੀ ਦਾ ਬੇਟਾ ਮੈਨੂੰ ਤੋੜਦੇ ਅੱਖਰ ਮਾਂ ਖੇਤਣੇ ਪੁੱਜਦੇ ਬੜੀ ਲੋੜਦੇ
ਕਿਉਂਕਿ ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹੈ। ਮੇਰੇ ਇਸ ਗੀਤ ਦੇ ਵਿੱਚ ਮੁਕੰਮਲ 1, 2, 3, 4, 5, 6, 7, 8, 9, 10 ਸ਼ੇਰ ਨੇ, ਜਿਹਦੇ ਵਿੱਚੋਂ 3 ਸ਼ੇਰ ਖੇਤੀਬਾੜੀ ਨੂੰ ਸਮਰਪਿਤ ਨੇ। ਪੰਜਾਬ ਦੀ ਖੇਤੀਬਾੜੀ ਦੇ ਨਾਮ ਦੀ ਕੋਈ ਜ਼ੋਰ ਵਰਤਾਰੀ ਮਾਰ ਲਿਓ। ਮੈਂ ਹਮੇਸ਼ਾ ਦੁਨੀਆ ਦੀ ਹਰੇਕ ਸਟੇਟ 'ਤੇ ਦੱਸਿਆ, ਚਾਹੇ ਉਹ ਕੇਨਸ ਫਿਲਮ ਫੈਸਟੀਵਲ ਹੋਵੇ, ਚਾਹੇ ਨਿਊਯਾਰਕ ਦਾ ਆਈਫਾ ਹੋਵੇ, ਚਾਹੇ ਵਟ ਐਵਰ, ਕਿ ਮੈਂ ਕਿਸਾਨ ਦਾ ਪੁੱਤ ਹਾਂ। ਮੈਂ ਹੱਥੀਂ ਗਿਫਟ ਕੀਤੀ ਹੈ, ਕਣਕਾਂ ਵੱਢੀਆਂ ਨੇ, ਇਕੱਠੇ ਲਿਆਉਂਦੇ ਨੇ। ਮੈਨੂੰ ਉਸ ਚੀਜ਼ ਦਾ ਫਖਰ ਰਹਿੰਦਾ, ਕਿਉਂਕਿ ਜਦੋਂ ਉਹ ਜਿਹੜਾ ਗੀਤ ਹੈ ਨਾ, ਕਿ ਜਿਹਨਾਂ ਜ਼ਿੰਦਗੀ 'ਚ ਮਿਹਨਤਾਂ ਦੀ ਕੀਤੀ ਹੈ ਕਮਾਈ, ਕਦੇ ਟੋਕਰਾ ਚੁਕਾ ਕੇ ਝੱਗਾ ਝਾੜਦੇ ਨਹੀਂ ਹੁੰਦੇ, ਜਿਹਨਾਂ ਮਾਲੀ ਵਾਂਗੂ ਪਾਇਆ ਹੋਵੇ ਸਬਰਾਂ ਦਾ ਪਾਣੀ, ਕਦੀ ਫਲਾਂ ਦਾ ਤੇ ਬੂਟੇ ਨੂੰ ਉਜਾੜਦੇ ਨਹੀਂ ਹੁੰਦੇ। ਇਹੀ ਅੱਖਰ ਅਖੀਰ ਨੂੰ ਬਣਾਉਂਦੇ ਅਫਸਰ, ਇਹਨਾਂ ਸ਼ਬਦਾਂ ਦੇ ਸਦਕਾ ਹੀ ਸਾਫ਼ ਹੁੰਦੇ ਨੇ। ਇਹਨੂੰ ਜਾਣ ਕੇ ਵਿਕਾਰ ਐਵੇਂ ਸੁੱਟ ਹੀ ਨਾ ਦੇਵੀਆਂ ਦੇ ਘਰ ਵਿੱਚ ਪਈਆਂ ਦੇ ਵੀ ਲਾਭ ਹੁੰਦੇ ਨੇ। ਸਿੱਖ ਅਦਬ ਅਦਾਬਾਂ ਇਹ ਅਮੁੱਲੀਆਂ ਕਿਤਾਬਾਂ ਮੇਰੇ ਮਿੱਤਰਾਂ, ਇਹਨਾਂ ਦੇ ਪੰਨੇ ਪਾੜਦੇ ਨਹੀਂ ਹੁੰਦੇ, ਜਿਹਨਾਂ ਜ਼ਿੰਦਗੀ 'ਚ ਮਿਹਨਤਾਂ ਦੀ ਕੀਤੀ ਹੈ ਕਮਾਈ, ਕਦੀ ਟੋਕਰਾ ਚੁਕਾ ਕੇ ਝੱਗਾ ਝਾੜਦੇ ਨਹੀਂ ਹੁੰਦੇ। ਕੋਈ ਭੋਲੀ ਭਾਲੀ ਉਮਰਾਂ 'ਚ ਗੁੱਡੀਆਂ ਨਾ ਖੇਡੇ, ਕੋਈ ਉਸੇ ਹੀ ਉਮਰ ਵਿੱਚ ਗੱਡੇ ਹੱਕ ਦਾ, ਇੱਕ ਰੀਤ ਤਾਂ ਪੁਗਾਈ ਜਾਂਦੀ ਬੋਲਣੇ ਤੋਂ ਪਹਿਲਾਂ, ਕੋਈ ਰੀਝਾਂ ਭਰੀ ਅੱਖੀਆਂ ਨਾ ਦੂਰੋਂ ਤੱਕਦਾ, ਮੇਰੀ ਗੱਲ ਰੱਖੀ ਯਾਦ ਬੜਾ ਪਾਪ ਲੱਗਦਾ ਏ, ਕਦੇ ਬੱਚੇ ਦੇ ਖਿਡੌਣਿਆਂ ਨੂੰ ਸਾੜਦੇ ਨਹੀਂ ਹੁੰਦੇ, ਜਿਹਨਾਂ ਜ਼ਿੰਦਗੀ 'ਚ ਮਿਹਨਤਾਂ ਦੀ ਕੀਤੀ ਏ ਕਮਾਈ, ਕਦੀ ਟੋਕਰਾ ਚੁਕਾ ਕੇ ਝੱਗਾ ਝਾੜਦੇ ਨਹੀਂ ਹੁੰਦੇ। ਕਿਸੇ ਪੁੱਤ ਦੀ ਕਮਾਈ ਹੁੰਦੀ ਮਾਵਾਂ ਦੀ ਉਮੀਦ, ਯਾਰਾ ਕਿਸੇ ਹੀ ਦੇ ਭੇਜਣੀ ਜ਼ਰੂਰ ਚਾਹੀਦੀ, ਉਂਝ ਬਾਕੀ ਵੀ ਨੇ ਚੰਗੇ ਤੇਰੇ ਗੀਤ ਸਰਤਾਜ, ਪਰ ਇਹੋ ਜਿਹੀ ਚੀਜ਼ ਵੀ ਜ਼ਰੂਰ ਗਾਈਦੀ। ਇੱਕ ਬਾਪੂ ਜੀ ਦਾ ਲਾਡਲਾ ਖੁਆਬ ਲੈ ਕੇ ਆਇਆ, ਐਵੇਂ ਚੰਗੇ ਭਲੇ ਬੰਦੇ ਨੂੰ ਵਿਗਾੜਦੇ ਨਹੀਂ ਹੁੰਦੇ, ਜਿਹਨਾਂ ਜ਼ਿੰਦਗੀ 'ਚ ਮਿਹਨਤਾਂ ਦੀ ਕੀਤੀ ਹੈ ਕਮਾਈ, ਕਦੀ ਟੋਕਰਾ ਚੁਕਾ ਕੇ ਝੱਗਾ ਝਾੜਦੇ ਨਹੀਂ ਹੁੰਦੇ। ਸੋ ਉਸ ਖੇਤੀਬਾੜੀ ਦਾ ਜ਼ਿਕਰ ਹੈ। ਇੱਕ ਛੋਟੀ ਜਿਹੀ ਹੋਰ ਮੈਂ ਗੱਲ ਦੱਸਦਾ, ਕਿਉਂਕਿ ਤੁਸੀਂ ਸਾਰੇ ਬਲਵੰਤ ਦੀਆਂ ਸ਼ਖਸੀਅਤਾਂ ਹੋ, ਲਿਟਰੇਚਰ ਨੂੰ ਮੁਹੱਬਤ ਕਰਨ ਵਾਲੇ ਲੋਕ ਹੋ। ਮੇਰਾ ਜਿਹੜਾ ਇਲਾਕਾ ਹੈ, ਜ਼ਿਲ੍ਹਾ ਹੁਸ਼ਿਆਰਪੁਰ, ਨੀਮ ਪਹਾੜੀ ਇਲਾਕਾ, ਸਾਡੇ ਤੋਂ ਬਾਅਦ ਉਹਨਾਂ ਡਿਸਟ੍ਰਿਕਟ ਸ਼ੁਰੂ ਹੋ ਜਾਂਦਾ ਹਿਮਾਚਲ, ਸ਼ਿਵਾਲਿਕ ਦੀ ਜਿੰਨੀ ਵੀ ਰੇਂਜ ਹੈ, ਉੱਥੇ ਜਦੋਂ ਵੀ ਪਹਾੜਾਂ 'ਤੇ ਮੀਂਹ ਵਰਦੇ ਨੇ ਤਾਂ ਉਹਦਾ ਪਾਣੀ ਚੋਆਂ ਦੇ ਥਰੂ ਸਾਡਿਆਂ ਪਿੰਡਾਂ ਨੂੰ ਆਉਂਦਾ। ਇਹ ਉਹੀ ਚੋਅ ਨੇ ਜਿਹਦੇ ਥੱਲੇ ਜੋਗਿੰਦਰ ਬਾਹਲਾ ਸਾਹਿਬ ਦੇ ਨਾਲ ਬੈਠ ਕੇ ਸ਼ਿਵ ਕੁਮਾਰ ਬਟਾਲਵੀ ਸਾਹਿਬ ਕਦੀ ਲਿਖਦੇ ਸੀ, ਕਿ ਜਿੱਥੇ ਇਤਰਾਂ ਦੇ ਵਗਦੇ ਨੇ ਚੋਅ ਨੀ ਉੱਥੇ ਮੇਰਾ ਯਾਰ ਵੱਸਦਾ, ਜਿੱਥੇ ਲੰਘਦੀ ਏ ਪੌਣ ਦੀ ਖਲੋ ਨੀ ਉੱਥੇ ਮੇਰਾ ਯਾਰ ਵੱਸਦਾ। ਮੈਂ ਉਹ ਭਾਗੀ ਹਾਂ ਕਿ ਮੈਂ ਜ਼ਮੀਨ 'ਚ ਪੈਦਾ ਹੋਇਆ, ਉਹਨਾਂ ਚੋਆਂ ਤੋਂ ਜਦੋਂ ਪਾਣੀ ਆਉਂਦੇ ਨੇ ਤਾਂ ਸਾਡੀਆਂ ਜ਼ਮੀਨਾਂ ਜ਼ਰਖੇਜ਼ ਹੁੰਦੀਆਂ ਨੇ, ਅਤੇ ਉੱਥੇ ਟਾਹਲੀਆਂ ਜਿਹੜੀਆਂ ਨੇ ਬਹੁਤ ਹੁੰਦੀਆਂ ਨੇ। ਅਸੀਂ ਜਦੋਂ ਖੇਤਾਂ 'ਚ ਹੁੰਦੇ ਸੀ ਕਿ ਟਾਹਲੀ ਵੱਢ ਵੀ ਦੇਈਏ ਤਾਂ ਸਾਲ ਸਾਲ ਨਹੀਂ ਸੀ ਸੁੱਕਦੀ, ਕਿਉਂਕਿ ਚੋਆਂ ਦੇ ਪਾਣੀ ਰਚੇ ਹੁੰਦੇ ਸੀ ਉਹਦੇ ਵਿੱਚ, ਅਤੇ ਮੈਂ ਲਿਖਿਆ ਕਿ ਚੋਹ ਦੀ ਟਾਹਲੀ ਬੜੀ ਨਰੋਈ, ਸੁੱਕਦੀ ਛੇਤੀ ਨਾ, ਕਣਕ ਕੁਦਰ ਨੇ ਕਰ ਲਿਆ ਤੇਜ਼ ਗੰਡਾਸੇ ਰੇਤੀ ਨਾ, ਮੁੱਲ ਓਨਾ ਹੀ ਮਿਲਣਾ ਕਣਕ ਤੋਂ ਬੀਜ ਅਗੇਤੀ ਨਾ, ਬੀ ਵਾਲੇ ਨੇ ਮਹਿੰਗੇ ਜੇਬ ਰੁਪਈਏ ਤੇਤੀ ਨਾ, ਬਾਪੂ ਗੁੱਲੀ ਡੰਡੇ ਤੋਂ ਤੂੰ ਯਾਰਾ ਭੇਤੀ ਨਾ, ਤੇ ਬੜੇ ਬੜੇ ਵਿਗਿਆਨੀ ਵੀ ਕਰ ਸਕਦੇ ਖੇਤੀ ਨਾ। ਗੁਰਨਾਮ ਸਾਹਿਬ ਨੇ ਉੱਤਰ ਦਿੱਤਾ ਖੇਤੀਬਾੜੀ ਦਾ, ਇਹ ਉਹੀ ਖੇਤੀ ਹੈ। ਬੋਲੀ ਦੇ ਖੇਤ ਮੇਰੇ ਖਿਆਲਾਂ ਦਾ ਹਲ ਦੀ ਚੰਡਿਆ, ਬੋਲੀ ਦੇ ਖੇਤ ਮੇਰੇ ਖਿਆਲਾਂ ਦਾ ਹਲ ਦੀ ਚੰਡਿਆ, ਅਤੇ ਜਿਸ ਚੋਂ ਬੀਜ ਕਿਰਦੇ ਉਸ ਪੋਰ ਦੇ ਨੇ ਅੱਖਰ, ਉਤਰੇ ਨਾ ਜੋ ਬਿਮਾਰੀ ਜਿਨ ਗੁਰਮੁਖੀ ਦਾ ਬੇਟਾ, ਮੈਨ ਪੋਰ ਦੇ ਨੇ ਅੱਖਰ, ਮਾਂ ਕੇ ਦਨੇ ਨੂੰ ਦਿੱਤੇ ਬੜੀ ਰੋਤੇ। ਇਹਨਾਂ ਦਾ ਗਾਣਾ ਟੱਕ ਦਿਨ ਟੱਕ ਦਿਨ ਟੱਕ ਦਿਨ, ਪਹਿਲਾਂ ਤਾਂ ਚਾਹ ਦਾ ਬੂਟਾ ਮੁੰਜਰ ਤੇ ਲੈ ਕੇ ਆਉਂਦੇ, ਪਹਿਲਾਂ ਤਾਂ ਚਾਹ ਦਾ ਬੂਟਾ ਮੁੰਜਰ ਤੇ ਲੈ ਕੇ ਆਉਂਦੇ, ਫਿਰ ਜਜ਼ਬਿਆਂ ਦੀ ਛੱਲੀ ਖੁਦ ਭੋਰ ਦੇ ਨੇ ਅੱਖਰ, ਮਾਂ ਖੇਤਣੇ ਨੂੰ ਦਿੱਤੇ ਬੜੀ ਰੋਤੇ। ਜਿਵੇਂ ਗੁਰਮੁਖੀ ਦਾ ਬੇਟਾ ਮੈਨੂੰ ਭੋਰ ਦੇ ਨੇ ਅੱਖਰ, ਕਿਸਾਨੀ ਹੱਥਾਂ ਦੇ ਰੱਟਣਾ ਚੋਂ,
ਤੜਕਾ ਉਸ ਜ਼ੋਰ ਦੇ ਨੇ ਅੱਖਰ ਆਪੋ ਨੂੰ ਖੇਲਣੇ ਮਿਲ ਗਏ ਕਿਸੇ ਹੋਰ ਦੇ ਗੁਰੂ ਜੀ ਦਾ ਬੇਟਾ ਮੈਨੂੰ ਜ਼ੋਰ ਦੇ ਨੇ ਅੱਖਰ ਉਤਰੇ ਨਾ ਜੋ ਮਾਰੀ ਉਸ ਲੋਕ